ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਦਾਸ ਗੁਰੂ ਮਹਾਰਾਜ ਦੀ ਕਿਰਪਾ ਨਾਲ ਗੁਰਦੁਆਰਾ ਸ਼ਹੀਦਾਂ ਸਾਹਿਬ ਜੀ ਦਾ ਇਤਿਹਾਸ ਦੱਸਣ ਜਾ ਰਿਹਾ ਹੈ। ਕਲਗੀਧਰ ਦੇ ਲਾਡਲੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ ਦਾ ਨਾਮ ਰਸਣਾ ਤੇ ਆਉਂਦਿਆਂ ਹੀ ਦਾਸ ਦਾ ਸਿਰ ਕੀ ਰੂਹ ਤੱਕ ਝੁੱਕ ਜਾਂਦੀ ਹੈ। ਬਾਬਾ ਜੀ ਦੇ ਚਰਨਾਂ ਵਿੱਚ ਸਰਵਣ ਕਰੋ। ਇਹ ਗੁਰਦੁਆਰਾ ਸਾਹਿਬ ਚਾਟੀਵਿੰਡ ਦਰਵਾਜ਼ੇ ਕੋਲ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਨਾਮ ਨਾਲ ਸਤਿਕਾਰਿਆ ਜਾਂਦਾ ਹੈ। ਇਹ ਜਗ੍ਹਾ ਰਾਮਗੜੀਆ ਮਿਸਲ ਸਰਦਾਰਾਂ ਦੀ ਸੀ। ਰਾਮਗੜੀਆ ਮਿਸਲ ਦੇ ਜਿੰਨੇ ਸਿੰਘ ਸ਼ਹੀਦ ਹੋਏ ਉਹਨਾਂ ਦਾ ਸੰਸਕਾਰ ਇਸ ਸਥਾਨ 'ਤੇ ਕੀਤਾ ਗਿਆ ਸੀ। ਪਰਿਕਰਮਾ ਵਿੱਚ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਸਰੀਰ ਨੂੰ ਉਸ ਵੇਲੇ ਦੇ ਰਾਮਗੜੀਆ ਮਿਸਲ ਦੇ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਲਿਆ ਕੇ ਇਸ ਥਾਂ ਬਾਬਾ ਜੀ ਦਾ ਅੰਤਿਮ ਸੰਸਕਾਰ 3 ਨਵੰਬਰ 1757 ਈਸਵੀ ਨੂੰ ਕੀਤਾ ਸੀ। ਫਿਰ ਹੌਲੀ ਹੌਲੀ ਇਸ ਪਵਿੱਤਰ ਸਥਾਨ ਦੀ ਮਹਾਨਤਾ ਵਧਦੀ ਗਈ। ਇਸ ਦਾ ਨਾਮ ਸ਼ਹੀਦਾਂ ਦਾ ਗੁਰਦੁਆਰਾ ਹੀ ਪੈ ਗਿਆ। ਇੱਥੇ ਸੰਗਮਰਮਰ ਲਗਵਾ ਕੇ ਆਲੀਸ਼ਾਨ ਗੁਰਦੁਆਰਾ ਸਾਹਿਬ ਬਣਾ ਦਿੱਤਾ ਗਿਆ। ਇੱਥੇ ਦਿਨ ਰਾਤ ਸੰਗਤਾਂ ਦਾ ਮੇਲਾ ਲੱਗਾ ਰਹਿੰਦਾ ਹੈ। ਕੁਝ ਸੰਗਤਾਂ ਇੱਥੇ ਸ਼ਨੀਵਾਰ ਚੁਪਹਿਰਾ ਦਿੰਦੀਆਂ ਹਨ 10 ਤੋਂ 4 ਵਜੇ ਤੱਕ। ਕੁਝ ਕੁ ਸੰਗਤਾਂ ਦੂਰ ਦੁਰਾਡਿਆਂ ਤੋਂ ਆ ਕੇ ਐਤਵਾਰ ਚੁਪਹਿਰਾ ਦਿੰਦੀਆਂ ਹਨ ਸਵੇਰੇ 10 ਤੋਂ 4 ਵਜੇ ਤੱਕ। ਸਾਰਾ ਦਿਨ ਇਲਾਹੀ ਗੁਰਬਾਣੀ ਚੱਲਦੀ ਹੈ। ਪਹਿਲਾਂ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਆਰੰਭ ਹੁੰਦੇ ਹਨ, ਫਿਰ ਸ੍ਰੀ ਚੁਪਈ ਸਾਹਿਬ ਜੀ ਦੇ ਪਾਠ, ਫਿਰ 2 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਆਰੰਭ ਹੁੰਦਾ ਹੈ ਅਤੇ 4 ਵਜੇ ਭੋਗ ਪਾਏ ਜਾਂਦੇ ਹਨ। ਫਿਰ ਸੰਗਤਾਂ ਅਰਦਾਸ ਤੋਂ ਬਾਅਦ ਖੁਸ਼ੀ ਖੁਸ਼ੀ ਆਪੋ ਆਪ ਦੇ ਘਰਾਂ ਨੂੰ ਤੁਰ ਪੈਂਦੀਆਂ ਹਨ। ਇੱਥੇ ਦਿਨ ਰਾਤ ਪਵਿੱਤਰ ਜੋਤ ਜਗਦੀ ਹੈ। ਸ਼ਹੀਦਾਂ ਸਾਹਿਬ ਹਰ ਸੰਗਤ ਦੀ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਹਰ ਰੋਗੀ ਦੀ ਰੋਗ ਤੋਂ ਮੁਕਤੀ ਹੁੰਦੀ ਹੈ। ਇਸ ਸਥਾਨ 'ਤੇ ਸੰਗਤਾਂ ਦਾ ਅਟੁੱਟ ਵਿਸ਼ਵਾਸ ਹੈ। ਆਪ ਜੀ ਮੇਰੇ ਸੱਚੇ ਪਾਤਸ਼ਾਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਹਰ ਇੱਕ ਦੀ ਝੋਲੀ ਭਰਦੇ ਹਨ। ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਕੋਈ ਨਿਰਾਸ਼ ਨਹੀਂ ਗਿਆ ਨਾ ਹੀ ਜਾਂਦਾ ਹੈ। ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਨਿਵਾਸ 'ਤੇ ਸੰਗਤਾਂ ਲਈ ਹਰ ਸਹੂਲਤਾਂ ਰੱਖੀਆਂ ਗਈਆਂ ਹਨ। ਸੋਹਣੀਆਂ ਕਾਰ ਪਾਰਕਿੰਗਾਂ, ਸੋਹਣੀਆਂ ਜਿਹੀਆਂ ਸੰਗਤਾਂ ਲਈ ਵਿਸ਼ਾਲ ਲੰਗਰ ਹਾਲ, ਜਿੱਥੇ ਗੁਰੂ ਸਾਹਿਬ ਦੀ ਕਿਰਪਾ ਨਾਲ ਦਿਨ ਰਾਤ ਲੰਗਰ ਚੱਲਦੇ ਹਨ। ਇਹ ਬਹੁਤ ਪਵਿੱਤਰ ਸਥਾਨ ਹੈ। ਸਾਧ ਸੰਗਤ ਜੀਓ, ਜਿਨ੍ਹਾਂ ਨੇ ਇਸ ਸਥਾਨ ਦੇ ਦਰਸ਼ਨ ਨਹੀਂ ਕੀਤੇ ਉਹ ਆ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਅਤੇ ਸ਼ਹੀਦ ਸਿੰਘਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਧੰਨ ਧੰਨ ਮੇਰੇ ਬਾਬਾ ਦੀਪ ਸਿੰਘ ਜੀ, ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ। ਸੰਗਤ ਜੀਓ, ਭੁੱਲਾਂ ਖਿਮਾ ਲਈ ਬਖਸ਼ਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।